ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਅਤੇ ਤੁਸੀਂ ਦੇਖਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਅਤੇ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ। ਤੁਸੀਂ ਦੇਖਦੇ ਪਏ ਹੋ ਅੱਜ ਦਾ ਇਹ ਜਿਹੜਾ ਵੀਡੀਓ, ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ। ਇਹ ਜਿਹੜਾ ਵੀਡੀਓ ਆ, ਇਹ ਵੀਡੀਓ ਅਸੀਂ ਸਿਰਫ ਬਣਾ ਰਹੇ ਹਾਂ ਦਾਨੀ ਸੱਜਣਾਂ ਦੇ ਵਾਸਤੇ। ਜੇਕਰ ਤੁਸੀਂ ਦਾਨੀ ਸੱਜਣ ਹੋ ਤਾਂ ਦਾਨ ਕਰਨਾ ਚਾਹੁੰਦੇ ਹੋ ਤਾਂ ਫਿਰ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ। ਜੇਕਰ ਤੁਸੀਂ ਦਾਨੀ ਸੱਜਣ ਨਹੀਂ ਹੋ ਤਾਂ ਫਿਰ ਬੇਨਤੀ ਤੁਹਾਨੂੰ ਇਹ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਸੱਜਣ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹ ਕਿਤੇ ਨਾ ਕਿਤੇ ਕਿਸੇ ਦਾਨੀ ਸੱਜਣ ਤੱਕ ਪਹੁੰਚ ਜਾਵੇ। ਅਤੇ ਜਿਹੜਾ ਵੀਡੀਓ, ਜੋ ਮਕਸਦ ਆ ਸਾਡਾ ਅੱਜ, ਜਿਹੜੇ ਪਰਿਵਾਰ ਦੀ ਅਸੀਂ ਮਦਦ ਦੇ ਲਈ ਅੱਜ ਪਹੁੰਚੇ ਹਾਂ, ਹੈਲਪ ਦੇ ਲਈ ਪਹੁੰਚੇ ਹਾਂ, ਉਹਨਾਂ ਦੀ ਮਦਦ ਹੈਲਪ ਜਿਹੜੀ ਇਹ ਕਿਤੇ ਨਾ ਕਿਤੇ ਹੋ ਸਕੇ। ਅੱਜ ਅਸੀਂ ਪਹੁੰਚੇ ਹਾਂ ਜੀ ਅੰਮ੍ਰਿਤਸਰ। ਅੰਮ੍ਰਿਤਸਰ ਤੋਂ ਸਪੈਸ਼ਲ ਸਾਨੂੰ ਗੁਰਦਾਸਪੁਰ ਦੇ ਵਿੱਚ ਫੋਨ ਜਾਂਦਾ, ਹੈਲਪ ਦੇ ਲਈ ਜਿਹੜਾ ਇੱਥੇ ਬੁਲਾਇਆ ਜਾਂਦਾ ਆ। ਤੁਹਾਨੂੰ ਦੱਸ ਦਈਏ ਕਿ ਇੱਕ ਐਸਾ ਪਰਿਵਾਰ ਜਿਸ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਝੋਲ ਝਾਲ ਹੋ ਜਾਂਦਾ। ਸਾਡੇ ਨਾਲ ਇੱਕ ਮਾਤਾ ਜੀ ਨੇ, ਮਾਤਾ ਜੀ ਦੀ ਜਿਹੜੀ ਤਬੀਅਤ ਆ ਕੁਝ ਵਿਗੜ ਜਾਂਦੀ, ਜਿਹਦੇ ਕਰਕੇ ਉਹ ਡਿੱਗ ਪੈਂਦੇ ਨੇ ਅਤੇ ਉਹਨਾਂ ਦੇ ਜਿਹੜਾ ਲੱਤ ਦੇ ਉੱਤੇ ਸੱਟ ਲੱਗ ਜਾਂਦੀ ਹੈ। ਸੱਟ ਲੱਗਣ ਦੇ ਨਾਲ ਜਿਹੜੀ ਇਹ ਹੱਡੀ ਟੁੱਟ ਜਾਂਦੀ ਹੈ। ਹੱਡੀ ਟੁੱਟਣ ਤੋਂ ਬਾਅਦ ਓਪਰੇਟ ਹੁੰਦਾ ਆ। ਓਪਰੇਟ ਹੋਣ ਤੋਂ ਬਾਅਦ ਥੋੜ੍ਹੇ ਦਿਨ ਹੀ ਲੰਘਦੇ ਆ ਅਤੇ ਦੁਬਾਰਾ ਉਹਨਾਂ ਦੇ ਉੱਤੇ ਮੁਸੀਬਤ ਆ ਜਾਂਦੀ ਅਤੇ ਦੁਬਾਰਾ ਤੋਂ ਡਿੱਗ ਪੈਂਦੇ ਨੇ, ਜਿਹਦੇ ਕਰਕੇ ਉਹਨਾਂ ਦੇ ਦੋਹਰੇ ਟਾਈਮ ਦੇ ਵਿੱਚ ਜਿਹੜੀ ਇਹ ਸੱਟ ਲੱਗ ਜਾਂਦੀ ਹੈ। ਹੁਣ ਤੱਕ ਜਿਹੜੇ ਆ ਮਾਤਾ ਜੀ ਦੇ ਦੋ ਓਪਰੇਸ਼ਨ ਹੋ ਚੁੱਕੇ ਨੇ, ਜਿਹਦੇ ਵਿੱਚ ਤੁਸੀਂ ਜਾਣਦੇ ਹੋ ਕਿ ਜਦੋਂ ਇੱਦਾਂ ਦੀ ਗੱਲਬਾਤ ਹੋਵੇ, ਸੱਟ ਜ਼ਿਆਦਾ ਲੱਗ ਜਾਵੇ ਤਾਂ ਬਹੁਤ ਜ਼ਿਆਦਾ ਜਿਹੜੇ ਆ ਪੈਸੇ ਲੱਗ ਜਾਂਦੇ ਨੇ, ਬਹੁਤ ਜ਼ਿਆਦਾ ਖਰਚੇ ਜਿਹੜੇ ਆ ਹੋ ਜਾਂਦੇ ਨੇ। ਮਾਤਾ ਜੀ ਦੇ ਦੋ ਬੇਟੇ ਨੇ ਜਿਹੜੇ ਕਿ ਫਿਲਹਾਲ ਵਿਹਲੇ ਤੁਰੇ ਫਿਰਦੇ ਨੇ, ਕਿਸੇ ਤਰ੍ਹਾਂ ਦਾ ਕੋਈ ਕੰਮਕਾਰ ਨਹੀਂ ਗਾ। ਹਾਲਾਤ ਜਿਹੜੇ ਘਰ ਦੇ ਤੁਹਾਨੂੰ ਮੈਂ ਦਿਖਾ ਰਿਹਾ ਵਾਂ, ਇਹ ਘਰ ਵੀ ਜਿਹੜਾ ਆ ਮਾਤਾ ਜੀ ਦਾ ਕਿਰਾਏ ਦੇ ਉੱਤੇ ਹੀ ਹੈ। ਮਾਤਾ ਜੀ ਇਸ ਟਾਈਮ ਬਹੁਤ ਜ਼ਿਆਦਾ ਜਿਹੜੇ ਆ ਉਹ ਅਸਹਾਏ ਹੋ ਚੁੱਕੇ ਆ ਆਪਣਾ ਜਿਹੜਾ ਆ ਕਰਨ ਵਾਸਤੇ। ਉਹਨਾਂ ਦੀ ਇੱਕ ਬੇਟੀ ਹੈ ਜਿਹੜੀ ਆਪਣੇ ਪਰਿਵਾਰ ਦੇ ਨਾਲ ਰਲ ਕੇ ਮਾਤਾ ਜੀ ਦੀ ਸੇਵਾ ਕਰਦੀ ਪਈ ਹੈ। ਮਾਤਾ ਜੀ ਦੀ ਉਹ ਬੇਟੀ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਘਰ ਵਾਲੇ ਜਿਹੜੇ ਆ ਮਾਤਾ ਜੀ ਦੀ ਪੂਰੀ ਤਰ੍ਹਾਂ ਹੈਲਪ ਕਰਦੇ ਨੇ, ਉਹਨਾਂ ਦੇ ਕੋਲ ਆਉਂਦੇ ਜਾਂਦੇ ਨੇ ਅਤੇ ਮਾਤਾ ਜੀ ਦੀ ਪੂਰੀ ਜਿਹੜੀ ਸੇਵਾ ਆ ਉਹ ਉਹਨਾਂ ਦੀ ਬੇਟੀ ਵੱਲੋਂ ਨਿਭਾਈ ਜਾ ਰਹੀ ਹੈ। ਦੋ ਓਪਰੇਸ਼ਨ ਹੁੰਦੇ ਨੇ, ਬੜੇ ਵੱਡੇ ਓਪਰੇਸ਼ਨ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਆ ਪਲੇਟਾਂ ਪੈਂਦੀਆਂ ਨੇ। ਦੂਜੀ ਵਾਰੀ ਫੇਰ ਤੋਂ ਜਿਹੜਾ ਓਪਰੇਸ਼ਨ ਹੁੰਦਾ ਆ ਉਹ ਪਲੇਟਾਂ ਦੇ ਵਿੱਚ ਅੱਜ ਜਿਹੜਾ ਆ ਉਹ ਗਾਲਾ ਪੈ ਚੁੱਕਿਆ ਆ, ਜਿਹਦੇ ਕਰਕੇ ਉਹਨਾਂ ਦੇ ਜਿਹੜੇ ਹਾਲਾਤ ਆ ਜ਼ਿਆਦਾ ਨਾਜ਼ੁਕ ਹੋ ਚੁੱਕੇ ਆ। ਉਹਨਾਂ ਨੇ ਗੁਹਾਰ ਲਗਾਈ ਕਿ ਹੁਣ ਸਾਡੇ ਹੱਥ ਖੜ੍ਹੇ, ਕਿਉਂਕਿ ਬੇਟੀ ਕਿੰਨਾ ਕੁ ਚਿਰ ਵੀ ਇੰਨੀ ਮਦਦ ਕਰ ਸਕਦੀ, ਕਿਉਂਕਿ ਦੋ ਤੋਂ ਤਿੰਨ ਵਾਰੀ ਜਿਹੜਾ ਆ ਉਹ ਪੈਸੇ ਲਾ ਚੁੱਕੇ ਆ। ਫਿਲਹਾਲ ਉਹਨਾਂ ਨੇ ਵੀ ਆਪਣੀ ਇੱਕ ਬੇਟੀ ਦਾ ਵਿਆਹ ਕੀਤਾ ਆ, ਜਿਹਦੇ ਕਰਕੇ ਉਹਨਾਂ ਦੇ ਹੱਥ ਜਿਹੜੇ ਇਸ ਟਾਈਮ ਖੜ੍ਹੇ ਨੇ, ਪਰ ਹਾਲਾਤ ਜਿਹੜੇ ਮਾਤਾ ਜੀ ਦੇ ਕਾਫੀ ਜ਼ਿਆਦਾ ਬਦਤਰ ਹੋ ਗਏ ਨੇ, ਕਿਉਂਕਿ ਪੇਨ ਦਰਦ ਜਿਹੜਾ ਨੁਕਸਾਨ ਹੋ ਚੁੱਕਾ ਆ ਉਸ ਓਪਰੇਸ਼ਨ ਵਾਲੀ ਜਗ੍ਹਾ ਦੇ ਉੱਤੇ। ਉੱਥੋਂ ਦਾ ਜਿਹੜਾ ਦੁਬਾਰਾ ਡਾਕਟਰਾਂ ਨੇ ਓਪਰੇਸ਼ਨ ਦੱਸ ਦਿੱਤਾ ਹੈ, ਜਿਹਦੇ 'ਤੇ ਤਕਰੀਬਨ 1.5 ਲੱਖ ਤੋਂ ਉੱਪਰ ਦਾ ਜਿਹੜਾ ਖਰਚਾ ਆ ਜਾਣਾ ਆ। ਪਰ ਉਹ 1.5 ਲੱਖ ਜਾਂ 1 ਲੱਖ ਰੁਪਈਆ ਮੇਰੇ ਖਿਆਲ ਨਾਲ ਹੁਣ ਜਿਹੜਾ ਉਹਨਾਂ ਦੇ ਵੱਸ ਦਾ ਨਹੀਂ ਰਿਹਾ। ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਵੀ ਮਰਦਾ ਕੀ ਨਹੀਂ ਕਰਦਾ। ਲਾਸਟ ਉਹਨਾਂ ਨੂੰ ਸ਼ਾਇਦ ਇੱਕ ਮੀਡੀਆ ਦਾ ਸਹਾਰਾ ਲੱਗਾ, ਦਾਨੀ ਸੱਜਣਾ ਦਾ ਸਹਾਰਾ ਲੱਗਾ, ਜਿਹਦੇ ਕਰਕੇ ਉਹਨਾਂ ਨੇ ਸਾਨੂੰ ਅੱਜ ਗੁਹਾਰ ਲਗਾ ਦਿੱਤੀ ਅਤੇ ਸਾਨੂੰ ਆਪਣੇ ਜਿਹੜਾ ਆ ਇਸ ਘਰ ਦੇ ਵਿੱਚ ਬੁਲਾਇਆ ਆ। ਗੱਲਬਾਤ ਕਰ ਲੈਂਦੇ ਉਹਨਾਂ ਦੀ ਬੇਟੀ ਦੇ ਨਾਲ। ਹਾਲਾਤ ਤੁਸੀਂ ਦੇਖਦੇ ਪਏ ਹੋ, ਇਹ ਆ ਸਾਡੇ ਮਾਤਾ ਜੀ। ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਥੋੜ੍ਹਾ ਨਜ਼ਦੀਕ ਤੋਂ ਦਿਖਾ ਦੇਣ ਮਾਤਾ ਜੀ ਨੇ। ਮਾਤਾ ਜੀ ਦੇ ਹਾਲਾਤ ਤੁਸੀਂ ਦੇਖਦੇ ਪਏ ਹੋ ਵੀ ਕਮਜ਼ੋਰੀ ਵੀ ਕਾਫੀ ਆ ਚੁੱਕੀ ਹੈ ਅਤੇ ਪਿਛਲੇ ਤਕਰੀਬਨ 2 ਤੋਂ 2.5 ਸਾਲ ਤੋਂ ਬੈੱਡ ਰੈਸਟ ਦੇ ਉੱਤੇ ਹੈ। ਮੰਦੇ ਹਾਲਾਤ ਹੋਏ ਪਏ ਨੇ, ਬੇਟੀ ਨਾਲ ਹੀ ਬੈਠੀ ਹੋਈ ਹੈ ਜਿਹੜੀ ਕਿ ਪੂਰਾ ਪਾਲਣ ਪੋਸ਼ਣ ਮਾਤਾ ਦੀ ਸੇਵਾ ਜਿਹੜੀ ਹੈ ਬੇਟੀ ਕਰਦੀ ਪਈ ਹੈ। ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੈ ਮਾਤਾ ਦੀ ਭੈਣ ਜੀ। ਜੈ ਮਾਤਾ ਜੀ। ਭੈਣ ਜੀ ਕਿੰਨੇ ਕੁ ਚਿਰ ਤੋਂ ਮਾਤਾ ਜੀ ਜਿਹੜੇ ਆ
ਹੋ ਗਏ 1.5-2 ਸਾਲ ਹੋ ਗਏ ਨਾ ਉਹਨਾਂ ਤੇ। ਹਾਂਜੀ ਹਾਂਜੀ। ਪਹਿਲਾਂ ਸੱਟ ਕਿਸ ਤਰ੍ਹਾਂ ਲੱਗੀ? ਪਹਿਲਾਂ ਬਸ ਇੱਦਾਂ ਹੀ ਚੱਲ ਰਹੇ ਸੀਗੇ ਅਤੇ ਪੈਰ ਸਲਿੱਪ ਹੋ ਗਿਆ, ਉਹ ਡਿੱਗ ਗਏ, ਇਹਨਾਂ ਫ੍ਰੈਕਚਰ ਹੋ ਗਿਆ। ਅਸੀਂ ਓਪਰੇਟ ਕਰਵਾਇਆ ਆ ਪਰ ਉਹ ਓਪਰੇਟ ਵੀ ਸਹੀ ਨਹੀਂ ਬੈਠਾ ਇਹਨਾਂ ਦਾ ਨਾ। ਫਿਰ ਦੁਬਾਰਾ ਨਾ ਗੁਰੂ ਨਾਨਕ ਹੋਸਪਿਟਲ ਐਡਮਿਟ ਕਰਵਾਇਆ ਆ, ਉੱਥੇ ਵੀ ਇਹਨਾਂ ਦਾ ਕਾਫੀ ਇਲਾਜ ਚੱਲਿਆ ਆ ਪਰ ਕੁਛ ਫਾਇਦਾ ਨਹੀਂ ਹੋ ਰਿਹਾ। ਹੁਣ ਡਾਕਟਰ ਫਿਰ ਕਹਿ ਰਹੇ ਆ ਕਿ ਇਹਨਾਂ ਦਾ ਓਪਰੇਟ ਕਰਵਾਉਣਾ ਆ, ਅਤੇ ਜਿੱਥੋਂ ਤੱਕ ਮੇਰੀ ਹੈਸੀਅਤ ਸੀ ਮੈਂ ਕਰਵਾ ਤਾ ਕਰਜ਼ਾ ਚੁੱਕ ਕੇ ਨਾਲ ਇਲਾਜ ਕਰਵਾਇਆ ਆ, ਪਰ ਹੁਣ ਮੇਰੀ ਹੈਸੀਅਤ ਨਹੀਂ ਹੈਗੀ ਨਾ। ਮੇਰੇ ਮੈਂ ਵੀ ਬਹੁਤ ਕਰਜ਼ਾਈ ਹੋ ਚੁੱਕੀ, ਹੁਣ ਬੇਟੀ ਦਾ ਵਿਆਹ ਵੀ ਕੀਤਾ ਆ ਪਰ ਮੇਰੇ 'ਚ ਹਿੰਮਤ ਨਹੀਂ ਹੈਗੀ ਹੁਣ ਨਾ। ਇਸ ਲਈ ਮੈਂ ਚਾਹੁੰਦੀ ਹਾਂ ਕਿ ਚਲੋ ਜਿੱਥੋਂ ਹੋ ਸਕੇ ਥੋੜ੍ਹੀ ਹੈਲਪ ਮਿਲ ਜਾਵੇ ਸਾਨੂੰ ਨਾ। ਜਿਹੜਾ ਹੁਣ ਖਰਚਾ ਆ ਉਹ ਕਿੰਨਾ ਆ ਜਾਣਾ? ਡਾਕਟਰ ਤਾਂ ਕਹਿ ਰਹੇ 1.5-2 ਲੱਖ ਦਾ ਖਰਚਾ ਹੈ ਆ ਨਾ। ਹਾਂਜੀ 1.5-2 ਲੱਖ ਦਾ ਖਰਚਾ ਹੈ ਆ ਨਾ। ਹਾਲਾਤ ਤੁਸੀਂ ਦੇਖਦੇ ਪਏ ਹੋ, ਬੇਟੀ ਨੇ ਕਾਫੀ ਹੱਦ ਤੱਕ ਮਦਦ ਕੀਤੀ, ਜਿੰਨੀ ਮਦਦ ਹੋ ਸਕੀ ਬੇਟੀ ਨੇ ਕੀਤੀ, ਜਿੰਨਾ ਇਲਾਜ ਹੋ ਸਕਿਆ ਕੀਤਾ, ਪਰ ਕਿਤੇ ਨਾ ਕਿਤੇ ਜਿਹੜਾ ਆ ਪੈਸੇ ਕੋਈ ਦਰਖਤ ਤਾਂ ਲੱਗੇ ਨਹੀਂ ਜਿੱਥੋਂ ਝੜਦੇ ਜਾਣ ਅਤੇ ਆਉਂਦੇ ਜਾਣ। ਲਾਸਟ ਟਾਈਮ ਹੁਣ ਜਿਹੜਾ ਆ ਦਾਨੀ ਸੱਜਣਾ ਤੱਕ ਇਹ ਗੱਲ ਪਹੁੰਚਾਉਣ ਦੇ ਲਈ ਕਿਹਾ ਆ। ਸਾਡਾ ਮਕਸਦ ਸੀ ਵੀਡੀਓ ਬਣਾਉਣਾ, ਸਾਡਾ ਕੰਮ ਸੀ, ਅਸੀਂ ਉਹ ਆਪਣਾ ਕਰ ਦਿੱਤਾ। ਹੁਣ ਤੁਹਾਡਾ ਕੰਮ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਦਾਨੀ ਸੱਜਣਾ ਤੱਕ ਪਹੁੰਚਾਉਣਾ। ਅਤੇ ਜੇਕਰ ਤੁਸੀਂ ਦਾਨੀ ਸੱਜਣ ਹੋ ਤਾਂ ਇਹਨਾਂ ਦਾ ਜਿਹੜਾ ਅਕਾਊਂਟ ਨੰਬਰ ਆ ਜਾਂ ਇਹਨਾਂ ਦਾ ਜੋ ਵੀ ਐਡਰੈਸ ਆ ਉਹ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਸਕਰੀਨ ਦੇ ਉੱਤੇ ਵੀ ਉਹ ਨੰਬਰ ਦੇਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਤੁਸੀਂ ਵੱਧ ਤੋਂ ਵੱਧ ਜਿਹੜੀ ਹੈ ਜਿੰਨੀ ਵੀ ਹੋ ਸਕੇ ਇਹਨਾਂ ਦੀ ਮਦਦ। ਅਸੀਂ ਨਹੀਂ ਕਹਿੰਦੇ ਵੀ ਤੁਸੀਂ ਇੱਕ ਪਾਰਟੀ ਲੱਖਾਂ ਰੁਪਈਆ ਖਰਚ ਦੇਵੇ, ਪਰ ਹਾਂ ਕਿਤੇ ਨਾ ਕਿਤੇ ਜੋ ਵੀ ਤੁਹਾਡਾ ਸਰਦਾ ਬਣਦਾ ਆ ਹੈਲਪ ਦੇ ਲਈ ਅੱਗੇ ਜ਼ਰੂਰ ਆਇਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਸਾਡੇ ਮਾਤਾ ਜੀ ਵੀ ਨਾਲ ਨੇ, ਜੇ ਮਾਤਾ ਜੀ ਗੱਲ ਕਰਨਾ ਚਾਹੁੰਦੇ ਤਾਂ ਅਸੀਂ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰ ਰਹੇ। ਮਾਤਾ ਜੀ ਇਸ ਟਾਈਮ ਕਿੰਨੀ ਕੁ ਤਕਲੀਫ ਆ? ਮੈਂ ਤਕਲੀਫ ਬਹੁਤ ਜ਼ਿਆਦਾ, ਮੈਂ ਦਰਦ ਬਹੁਤ ਹੁੰਦੀ ਹੈ, ਰੇਖਾ ਵਗਦਾ ਰਹਿੰਦਾ ਹੈ, ਮੈਂ ਬਹੁਤ ਪਰੇਸ਼ਾਨ ਆਪਣੇ ਸਰੀਰ ਤੋਂ। ਕਈ ਵਾਰ ਤਾਂ ਇੰਨੀ ਪਰੇਸ਼ਾਨ ਰਹਿੰਦੀ ਨਹੀਂ, ਰਾਤ ਦਿਨ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ। ਪੈਸਾ ਮੇਰੇ ਕੋਲ ਹੈ ਨਹੀਂ ਲਾਉਣ ਲਈ, ਮੇਰੇ ਬੱਚੇ ਕੰਮ ਨਹੀਂ ਠੀਕ ਤਰ੍ਹਾਂ ਕਰਦੇ, ਮੇਰੇ ਪੈਸਾ ਨਹੀਂ ਲਾਉਣ ਦੀ। ਮੈਂ ਇਸ ਕਰਕੇ ਸਭ ਦੇ ਅੱਗੇ ਬੇਨਤੀ ਕਰਦੀ ਹਾਂ, ਹੱਥ ਜੋੜ ਕੇ ਬੇਨਤੀ ਕਰ ਕੇ ਮੇਰੀ ਹੈਲਪ ਕੀਤੀ ਜਾਵੇ। ਮਾਤਾ ਜੀ ਜਿਸ ਤਰ੍ਹਾਂ ਆਪਣੇ ਜਿੰਨੇ ਵੀ ਜਿਹੜੇ ਦੇਖਦੇ ਪਏ ਨੇ ਵਿਊਅਰ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ? ਵੀ ਮੇਰੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਮੇਰੇ ਘਰ ਦੇ। ਮੈਂ ਕਿਰਾਏ 'ਤੇ ਰਹਿੰਦੀ ਹਾਂ, ਕਿਰਾਏ ਕਦੇ ਦਿੱਤਾ ਨਾ, ਕਹਿੰਦੇ ਮਕਾਨ ਮਾਲਕ ਜਿਹੜਾ ਕਿ ਉਹ ਚੰਗਾ ਵਾ, ਉਹ ਕਿਰਾਇਆ ਕਦੇ ਲੈਂਦਾ ਕਦੇ ਨਹੀਂ ਦਿੰਦਾ, ਕਈ ਸਾਨੂੰ ਫਰੀ ਸੇਵਾ ਹਿਸਾਬ ਕਰ ਦਿੰਦਾ ਵਾ, ਅਤੇ ਮੈਂ ਸੋ ਪਰੇਸ਼ਾਨ ਆ, ਮੇਰੀ ਮਦਦ ਕੀਤੀ ਜਾਵੇ। ਇਹ ਸੀ ਜੀ ਮਾਤਾ ਜੀ। ਮਾਤਾ ਜੀ ਨੇ ਵੀ ਕਿਹਾ ਵੀ ਪਰੇਸ਼ਾਨੀ ਬਹੁਤ ਜ਼ਿਆਦਾ ਆ, ਕਿਉਂਕਿ ਜਦੋਂ ਬੰਦਾ ਵੱਜ ਜਾਂਦਾ ਆ ਬੈੱਡ ਦੇ ਉੱਤੇ, ਬੈੱਡ ਰੈਸਟ ਹੋ ਜਾਂਦੀ ਹੈ, ਤੁਰ ਫਿਰ ਨਹੀਂ ਸਕਦਾ, ਅਤੇ ਬਹੁਤ ਸਾਰੀਆਂ ਜਿਹੜੀਆਂ ਨੇ ਪ੍ਰੋਬਲਮਸ ਆ ਜਾਂਦੀਆਂ ਨੇ। ਹੋਰ ਜਿਹੜੀ ਗੱਲ ਆ ਭੈਣ ਦੇ ਨਾਲ ਕਰ ਲੈਂਦੇ ਹਾਂ ਕਿ ਭੈਣ ਜਿਹੜੀ ਹੈ ਲਗਾਤਾਰ ਸੇਵਾ ਕਰ ਰਹੀ ਸੀ, ਭੈਣ ਹੁਣ ਤੱਕ ਤੁਸੀਂ ਕਿੰਨੇ ਕੁ ਖਰਚ ਚੁੱਕੇ ਹੋ? ਮੈਂ 2.5 ਲੱਖ ਰੁਪਇਆ ਖਰਚ ਚੁੱਕੀ, 2.5-3 ਲੱਖ ਖਰਚ ਚੁੱਕੀ ਹਾਂ, ਕਿਉਂਕਿ ਹੁਣ ਮੇਰੇ 'ਚ ਬਿਲਕੁਲ ਹਾਲਾਤ ਨਹੀਂ। ਭਰਾ ਵੀ ਬਿਮਾਰ ਰਹਿੰਦੇ, ਜ਼ਿਆਦਾਤਰ ਕੰਮ ਨਹੀਂ ਕਰਦੇ ਹੈਗੇ ਨਾ, ਉਹ ਵੀ ਇੱਦਾਂ ਉਹਨਾਂ ਦੀ ਬਿਮਾਰ ਦਾ ਵੀ ਖਰਚਾ ਕਰਨਾ ਪੈਂਦਾ ਹੈਗਾ ਆ, ਕਿ ਉਹ ਬਿਮਾਰ ਰਹਿੰਦੇ ਆ, ਕੰਮ ਕੁੰਮ ਕਰਦੇ, ਦਿਹਾੜੀ ਮਿਲ ਗਈ ਕਰ ਲਈ, ਨਹੀਂ ਮਿਲੀ ਨਹੀਂ ਕੀਤੀ ਹੈਗੀ ਨਾ, ਅਤੇ ਐਸੇ 2.5-3 ਲੱਖ ਮੈਂ ਖਰਚ ਚੁੱਕੀ ਹਾਂ, ਹੁਣ ਮੇਰੇ 'ਚ ਨਹੀਂ ਵਾਹ ਹੈਗੀ ਕਿਉਂਕਿ ਪੈਸਾ ਲਾਉਣ ਦੀ ਨਾ। ਭੈਣ ਕਿੱਦਾਂ ਮਤਲਬ ਕਿੰਨਾ ਇੰਨਾ ਕੁਝ ਕਿੰਨਾ ਕਿਸ ਤਰ੍ਹਾਂ ਮੈਨੇਜ ਕਰਨਾ ਵੀ ਆਪਣਾ ਵੀ ਘਰ ਚਲਾਉਣਾ ਅਤੇ ਇੱਧਰ ਦਾ ਵੀ ਚਲਾਉਣਾ? ਬਸ ਇੱਦਾਂ ਹੀ ਫੜ ਫੜਾ ਕੇ, ਕਦੇ ਵਿਆਜ ਚੁੱਕ ਲੈਂਦੀ ਪੈਸੇ ਮੈਂ ਨਾ, ਵਿਆਜ ਚੁੱਕ ਕੇ ਅਤੇ ਫਿਰ ਲਗਾਉਂਦੀ ਪਈ ਹਾਂ, ਹੁਣ ਵਿਆਜ ਭਰਨੀ ਮੇਰੇ 'ਤੇ ਬਹੁਤ ਔਖੀ ਹੈ, ਇਸ ਲਈ ਮੈਂ ਹੁਣ ਹੋਰ ਪੈਸੇ ਵਿਆਜ ਹੀ ਨਹੀਂ ਚੁੱਕ ਸਕਦੀ। ਮੈਂ ਵਿਆਜ ਬਹੁਤ ਭਰਦੀ ਪਈ ਹਾਂ, ਬਹੁਤ ਜ਼ਿਆਦਾ ਵਿਆਜ ਭਰ ਭਰ ਕੇ ਆਪਣੀ ਮਾਂ ਦੇ ਉੱਪਰ ਪੈਸਾ ਲਾਇਆ ਕਿ ਮਾਂ ਕਿਸੇ ਤਰ੍ਹਾਂ ਬਚ ਜਾਵੇ, ਪਰ ਹੁਣ ਮੇਰੇ 'ਚ ਵਾਹ ਨਹੀਂ ਗਈ ਕੋਈ ਨਾ। ਭੈਣ ਜਿਸ ਤਰ੍ਹਾਂ ਕਿ ਮਾਂ ਪਈ ਹੋਈ ਹੈ, ਤੁਸੀਂ ਧੀ ਹੋ, ਤੁਹਾਡੇ ਵੱਲੋਂ ਜਿਹੜੀ ਇਹ ਮਿਹਨਤ ਕਰਕੇ ਜਾਂ ਚੁੱਕ ਕੇ ਕਿਸੇ ਵੀ ਤਰੀਕੇ ਨਾਲ ਤੁਸੀਂ ਜਿਹੜੀ ਇਹ ਮਦਦ ਕਰਦੇ ਪਏ ਹੋ, ਕਿਤੇ ਨਾ ਕਿਤੇ ਤੁਹਾਡੇ ਹਸਬੈਂਡ ਦਾ ਇਹ 'ਚ ਕੀ ਰੋਲ ਆ?
ਨਹੀਂ ਉਹ ਪੂਰੀ ਸਪੋਰਟ ਕਰਦੇ ਆ, ਉਹ ਤਾਂ ਕਹਿੰਦੇ ਮਾਂ ਬਚਾਉਣੇ ਅਸੀਂ ਨਾ, ਕਹਿੰਦੇ ਚਾਹੇ ਜਿੰਨਾ ਮਰਜ਼ੀ ਕਰਜ਼ਾ ਚੁੱਕ ਲਾ ਕੋਈ ਗੱਲ ਨਹੀਂ ਬਚਾਉਣੇ, ਪਰ ਹੁਣ ਸਾਡੇ ਵੀ ਹੱਥ ਖੜੇ ਹੈਗੇ, ਉਹ ਵੀ ਮਜ਼ਦੂਰੀ ਕਰਦੇ ਹੈਗੇ ਆ, ਉਹ ਵੀ ਕੋਈ ਸਰਕਾਰੀ ਨੌਕਰੀ ਦਾ ਹੈ ਨਹੀਂ ਹੈ, ਉਹ ਵੀ ਮਿਸਤਰੀ ਦਾ ਕੰਮ ਕਰਦੇ, ਮਜ਼ਦੂਰੀ ਦਾ ਕੰਮ ਕਰਦੇ ਆ, 500 ਦਿਹਾੜੀ ਲਿਆਉਂਦੇ ਆ, ਪਤਾ ਅੱਜ ਕੱਲ੍ਹ 400-500 ਵਿੱਚ ਕੀ ਬਣਦਾ ਹੈਗਾ ਨਾ, ਬਸ ਆਪਣੇ ਘਰ ਦੇ ਖਰਚੇ ਨਹੀਂ ਪੂਰੇ ਹੁੰਦੇ ਹੈਗੇ, ਅਤੇ ਫਿਰ ਵੀ ਉਹ ਬਹੁਤ ਸਪੋਰਟ ਕਰਦੇ ਹੈਗੇ ਆ ਕਿ ਚਲੋ ਮਾਂ ਨੂੰ ਬਚਾਉਣਾ ਸੀ ਕਿਸੇ ਤਰ੍ਹਾਂ ਨਾ, ਬਹੁਤ ਕਰਦੇ ਆ ਨਾ। ਭੈਣ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਨੇ ਗੱਲਬਾਤ ਕਰਦਿਆਂ, ਕਿਉਂਕਿ ਇਹ ਅਥਰੂ ਐਵੇਂ ਨਹੀਂ ਆ ਜਾਂਦੇ, ਦੁੱਖ ਜਦੋਂ ਮੁਸੀਬਤ ਬਣ ਕੇ ਪਹਾੜ ਬਣ ਕੇ ਉੱਪਰ ਡਿੱਗ ਪੈਂਦਾ ਤਾਂ ਫਿਰ ਉਸ ਗੱਲ ਨੂੰ ਬਿਆਨ ਕਰਨਾ ਵੀ ਔਖਾ ਹੋ ਜਾਂਦਾ। ਗੱਲਬਾਤ ਕਰਦੇ ਹੋਏ ਜਿਹੜਾ ਆ ਭੈਣ ਨੇ ਆਪਣਾ ਦੁੱਖ ਦੱਸਿਆ, ਉਹ ਦੁੱਖ ਦੇਖ ਕੇ ਸਾਡੇ ਕੋਲ ਵੀ ਥੋੜ੍ਹਾ ਇਮੋਸ਼ਨਲੀ ਜਿਹੜੀ ਗੱਲਬਾਤ ਹੋ ਰਹੀ ਹੈ। ਭੈਣ ਦੇ ਜਿਹੜੇ ਘਰ ਵਾਲੇ ਨੇ ਉਹ ਮਿਹਨਤ ਕਰਦੇ ਨੇ, ਰਾਜ ਮਿਸਤਰੀਆਂ ਦਾ ਕੰਮ ਕਰਦੇ ਨੇ, ਬਾਹਰ ਦਿਹਾੜੀ ਧੱਪਾ ਕਰਦੇ ਨੇ, 400-500 ਲੈ ਕੇ ਆਉਂਦੇ ਨੇ, ਅਤੇ ਦੋਵਾਂ ਘਰਾਂ ਦਾ ਖਰਚਾ ਜਿਹੜਾ ਆ ਉਹ ਕਰਦੇ ਨੇ। ਭੈਣ ਨੇ ਕਿਹਾ ਵੀ ਕਈਆਂ ਥਾਵਾਂ ਤੋਂ ਕਰਜ਼ਾ ਚੁੱਕ ਕੇ ਵੀ ਜਿਹੜਾ ਕਰਜ਼ਾਈ ਹੋਏ ਪਏ ਆ, ਅਤੇ ਜਦੋਂ ਹੁਣ ਲਾਸਟ ਟਾਈਮ 'ਤੇ ਕਿਸੇ ਤਰ੍ਹਾਂ ਦੀ ਕੋਈ ਪੇਸ ਨਹੀਂ ਚੱਲੀ ਅਤੇ ਉਹਨਾਂ ਨੇ ਤੁਹਾਡੇ ਲੋਕਾਂ ਤੋਂ ਮਦਦ ਮੰਗੀ ਹੈ, ਹੁਣ ਮਦਦ ਕਰਨਾ ਜਾਂ ਨਾ ਕਰਨਾ ਉਹ ਤੁਹਾਡੇ 'ਤੇ ਆ। ਮਦਦ ਕਰ ਸਕਦੇ ਹੋ ਤਾਂ ਵੀ, ਜੇ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਦਾਨੀ ਸੱਜਣਾਂ ਤੱਕ ਪਹੁੰਚ ਸਕੇ ਜੋ ਕਿ ਇਹਨਾਂ ਦੀ ਹੈਲਪ ਕਰ ਸਕਣ। ਤੁਸੀਂ ਦੇਖਦੇ ਪਏ ਹੋ ਮੇਰਾ DPC ਪੰਜਾਬ। ਧੰਨਵਾਦ, ਮਿਲਦੇ ਹਾਂ ਕਿਸੇ ਅਗਲੇ ਵੀਡੀਓ 'ਚ।